ਕਰਨਾ 14 ਪਿੰਡ ਸਮਾਨੇ ਨੇ ਸਾਰੇ ਸੀ 14 ਪਿੰਡ ਹਾਂ ਅੱਛਾ ਦੋ ਦਿਨਾਂ ਚ ਸ਼ਫੀ ਮੁਹੰਮਦ ਕੇ ਮੁਹੰਮਦ ਸ਼ਫੀ ਤੇ ਪਿਓ ਦਾ ਨਾਂ ਕੀ ਏ ਤੇ ਦਾਦੇ ਦਾ ਵੀ ਆਂਦਾ ਨਾਂ ਦਾਦੇ ਦਾ ਨਾਂ ਆਂਦਾ ਨਹੀਂ ਆਂਦਾ ਅੱਛਾ ਤੁਹਾਡੇ ਕੋਲ ਮੈਂ ਗੱਲ ਪੁੱਛਣੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਨਹੀਂ ਬਣਿਆ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਸੀ ਉਦੋਂ ਤੁਹਾਡੇ ਕੋਲ ਪੁੱਛਣਾ ਸਾਨੂੰ 1947 ਦੀ ਦਾਸਤਾਨ ਹਿਸਟਰੀ ਸੁਣਨੀ ਹੈ ਅੰਦਾ ਉਦੋਂ ਕੀ ਬਣਿਆ ਕਿਸਰਾ ਚੱਲੇ ਕਿਸਰਾ ਆਏ ਇਹ ਦੱਸੋ ਪਿੰਡ ਕਿਹੜਾ ਸੀ ਤੁਹਾਡਾ ਪਿੰਡ ਕਿਹੜਾ ਸੀ ਪਿੰਡ ਲੈ ਜ਼ਮਾਨਾ ਹਾਂ ਪਹਿਲਾਂ ਹੀ ਹਰਾਏ ਮਹੱਲਾ ਜ਼ਿਲ੍ਹਾ ਕੀ ਸੀ ਜ਼ਿਲ੍ਹਾ ਨਹੀਂ ਸੀ ਪਟਿਆਲਾ ਸੀ ਜ਼ਿਲ੍ਹਾ ਪਟਿਆਲਾ ਸੀ ਆਹੋ ਅੱਛਾ ਸ਼ਹਿਰ ਸਮਾਣਾ ਅੱਛਾ ਤੇ ਉੱਥੇ ਆਪਣੀ ਜ਼ਮੀਨ ਵੀ ਹੈ ਸੀ ਸਾਡੇ 15 ਪੈਲੀਆਂ ਸਾਢੇ 15 ਪੈਲੀਆਂ ਪਿੰਡ ਦੇ ਵਿੱਚ ਮਹੱਲੇ ਦੇ ਵਿੱਚ ਕੋਈ ਸਿੱਖ ਵੀ ਰਹਿੰਦੇ ਸਨ ਸਿੱਖ ਹਿੰਦੂ ਸਿੱਖ ਜਾਂ ਹਿੰਦੂ ਰਹਿੰਦੇ ਸਨ ਹਿੰਦੂ ਹੁੰਦੇ ਸੀ ਸਾਡੇ ਸ਼ਹਿਰ 'ਚ ਅੱਛਾ ਸਿੱਖਾਂ ਦੇ 5 ਘਰ ਸੀ ਉਹ ਮੁਸਲਮਾਨ ਹੋ ਗਏ ਸੀ ਅੱਛਾ ਕਿੰਨੇ ਨਹੀਂ ਸਮਾਣੇ ਦੇ ਨੇੜੇ ਨੇੜੇ ਜਿਹੜੇ ਸ਼ਹਿਰ ਸਨ ਉਹ ਪਿੰਡ ਸਨ ਪਿੰਡ ਸੀ ਸ਼ਹਿਰ ਦੇ ਦਿਹਾਤ ਪਿੰਡ ਹਾਂ ਠੀਕ ਹੈ ਯਾਦ ਹੀ ਜਿਹੜੇ ਸੜੇ ਨੇ ਸਿੱਖਾਂ ਦੇ ਉਹਨਾਂ ਦਾ ਕੀ ਨਾਂ ਸਨ ਸ਼ਾਦੀਪੁਰ ਹਾਂ ਅੱਛਾ ਅੱਗੇ ਕੀ ਕਿਹੜਾ ਪਿੰਡ ਸੀ ਹੋਰ 14 ਪਿੰਡ ਜੀ ਦੱਸਣਾ ਤੂੰ ਰੇਚਗੜ ਅੱਛਾ ਹੋਰ ਘੱਗਾ ਸੀ ਸ਼ਹਿਰ ਅੱਛਾ ਘੱਗਾ ਸ਼ਹਿਰ ਸੀ ਛੋਟਾ ਜਿਹਾ ਠੀਕ ਹੈ ਹੁਣ ਅੱਛਾ ਪੜ੍ਹਦੇ ਸੀ ਸਾਰੇ ਭਾਈਆਂ ਨਾਲ ਭਾਈ ਬਣ ਕੇ ਫਿਰ ਆ ਗਏ ਸੀ ਨਾਲ ਤੁਹਾਡੇ ਉਹ ਨਾਲ ਆ ਗਏ ਸੀ ਇੱਥੇ ਪਾਕਿਸਤਾਨ 'ਚ ਅੱਛਾ ਹੋਰ ਕੋਈ ਨਹੀਂ ਸੀ ਕੋਈ ਸਿੱਖ ਕੋਈ ਹਿੰਦੂ ਕੋਈ ਨਕੇ ਕੋਈ ਯਾਰ ਬੇਲੀ ਤੁਹਾਡਾ ਕੋ ਹੋਵੇ ਉੱਥੇ ਹਿੰਦੂ ਸੀ ਸਰਕਾਰ ਕੀ ਨਾਂ ਸੀ ਸਰਕਾਰ ਸਰਕਾਰ ਅੱਛਾ ਹਿੰਦੂ ਸਰਕਾਰ ਵਾਰਾ ਸਾਰਾ ਵਹੀ ਕਰਦੇ ਸੀ ਅੱਛਾ ਹਿੰਦੂ ਤਰਖਾਣ ਅੱਛਾ ਬੜੇ ਕੰਮ ਦੇ ਬੰਦੇ ਸੀ ਅੱਛਾ ਜੀ ਉਹ ਯਾਦ ਆਉਂਦੇ ਨੇ ਤੁਹਾਨੂੰ ਅੱਛਾ ਜੀ ਹੋਰ ਇਸ ਤੋਂ ਇਲਾਵਾ ਤੁਹਾਡੇ ਪਿੰਡ 'ਚ ਮਹੱਲੇ 'ਚ ਮਸਜਿਦਾਂ ਕਿੰਨੀਆਂ ਸਨ ਮਸਜਿਦਾਂ ਮਸਜਿਦਾਂ ਆਹੋ ਵੱਡੀ ਮਸਜਿਦ ਸੀ ਗੁੱਗੂ ਨੇ ਉਹਨਾਂ ਦੀ ਜਿੰਨਾ ਵੀ ਬਣਾਈ ਜਿੰਨਾ ਦੀ ਬਣਾਈ ਹੋਈ ਹਾਂ ਜਿੰਨਾ ਦੀ ਮਸਜਿਦ ਹਾਂ ਜਿੰਨਾ ਨੇ ਬਣਾਈ ਸੀ ਹਾਂ ਤੇ ਉਹਦੇ ਜੇ ਤੂੰ ਹੌਲੀ ਹੌਲੀ ਬੋਲਣਾ ਇਸ ਤਰ੍ਹਾਂ ਕਰੀ ਜਿਹੜਾ ਸਮਾਨ ਪਾ ਦੇਗੀ ਤੇ ਨਾਂ ਕੀ ਸੀ ਮਸਜਿਦ ਦਾ ਗੂੰਜਣੀ ਮਸਜਿਦ ਅੱਛਾ ਤੇ ਗੂੰਜਣੀ ਮਸਜਿਦ ਤੋਂ ਕਿੰਨੀ ਦੂਰ ਸੀ ਤੁਹਾਡਾ ਘਰ ਗੂੰਜਣੀ ਮਸਜਿਦ ਤੋਂ ਕਿੰਨੀ ਦੂਰ ਘਰ ਸੀ ਤੁਹਾਡਾ ਸਾਡਾ ਹਾਂ ਮੇਰਾ ਘਰ ਇੰਨਾ ਹੋਊਗਾ ਜਿੰਨਾ ਕਬਰਾਂ ਨੇ ਕਬਰਾਂ ਨੇ ਅੱਛਾ ਯਾਨੀ 5-6 ਪੈਲੀਆਂ ਹਾਂ ਅੱਛਾ ਜੀ ਤੇ ਜ਼ਮੀਨ ਤੁਹਾਡੀ ਕਿਹੜੀ ਸਾਈਡ ਤੇ ਸੀ ਪਿੰਡ ਤੋਂ ਜ਼ਮੀਨ ਕਿਹੜੀ ਸਾਈਡ ਤੇ ਸੀ ਤੁਹਾਡੀ ਸ਼ਹਿਰ ਸਮਾਣੇ ਤੋਂ ਚੜਦੇ ਪਾਸੇ ਕਿੰਨੀ ਕੁ ਦੂਰ 2 ਮੀਲ ਸੀ ਅੱਛਾ ਜੀ ਸ਼ਹਿਰ ਸਮਾਣੇ 2 ਮੀਲ ਤੇ ਵੀ ਉੱਪਰ ਸੀ ਅੱਛਾ ਜੀ ਉੱਥੇ ਰੋਜ਼ ਜਾਂਦੇ ਸੀ ਆਉਂਦੇ ਸੀ ਹੈ ਉਹ ਮੈਂ ਫੌਜਲੇ ਗਿਆ ਸਾਂ ਸਿੱਖਾਂ ਨੇ ਘੇਰ ਲਿਆ ਸੀ ਕਿਉਂ 6 ਮੁੰਡੇ ਸੀ ਗੰਨੇ ਵੱਢਣ ਗਏ ਸਾਂ ਅੱਛਾ ਪੋਲੀ ਸੀ ਨਾ ਲੜਾਈ ਵਿੱਚ ਝੋਲੀ ਤੇ ਇੱਕ ਅੰਗੂਰੀ ਅੱਛਾ ਤਾਏ ਨੇ ਅੱਛਾ ਬੁਰਾ ਦਾ ਸਾਡਾ ਵਪਾਰ ਕਰਦਾ ਵਪਾਰੀਆਂ ਨਾਲ ਜੇ ਰਹਿੰਦਾ ਸੀ ਹਰ ਵਕਤ ਅੱਛਾ ਕਿੱਡਾਂ ਬਕੀਆਂ ਵਪਾਰੀਆਂ ਨਾਲ ਅੱਛਾ ਉਦੋਂ ਫਸਲ ਲਿਆ ਸਾਨੂੰ ਇੱਕ ਮੁੰਡਾ ਕਮਾਦ ਗਿਆ ਵਿੱਚ ਬੜਿਆ ਵਾ ਸੀ ਨਾ ਗੰਨੇ ਨੇ ਚੰਗੇ ਚੰਗੇ ਲੱਭਣ ਉਹ ਸਿਰਫ ਨਿਕਲਿਆ ਬਸ ਉਹਨੇ ਆ ਕੇ ਸ਼ਹਿਰ 'ਚ ਦਵਾਈ ਪਾਤੀ ਫਸਲ ਲਈ ਸਿੱਖਾਂ ਨੇ ਮਾਰ ਦੇਣਗੇ ਉਹਨਾਂ ਨੂੰ ਸਿਆਣਾ ਅੱਛਾ ਬਸ ਫਿਰ ਉਹ ਤੋਂ ਟੁੱਟੇ ਨਾ
ਇਹ ਉਧਰੋਂ ਇਹ ਉਹ ਟੁੱਟ ਪਏ ਉਧਰੋਂ ਜਿਹੜਾ ਸੀ ਨਾ ਜਾਇਦਾਦ ਉਸ ਮੂਨ ਪਰਮਾ ਅੱਛਾ ਅੱਧੇ ਪਿੰਡ ਦਾ ਮਾਲਕ ਉਹ ਸੀ ਅੱਧੇ ਪਿੰਡ ਦੇ ਮਾਲਕ ਰਾਣੀ ਸੀ ਨਹੀਂ ਉਹਦਾ ਜਿਹੜਾ ਅੱਧੇ ਪਿੰਡ ਦਾ ਮਾਲਕ ਸੀ ਉਹਦਾ ਕੀ ਨਾਂ ਸੀ ਹੈ ਜਿਹੜਾ ਅੱਧੇ ਪਿੰਡ ਦਾ ਮਾਲਕ ਸੀ ਉਹਦਾ ਕੀ ਨਾਂ ਸੀ ਨਾ ਮੈਨੂੰ ਪਤਾ ਜਾਇਦਾਦ ਕਿਆ ਕਰਦੇ ਅੱਛਾ ਜਾਇਦਾਦ ਕੀ ਸਿੱਖ ਸੀ ਕੌਣ ਸੀ ਕਿ ਮੁਸਲਮਾਨ ਸੀ ਸਿੱਖ ਸਿੱਖ ਸੀ ਅੱਛਾ ਤੇ ਉਹ ਮੈਨੂੰ ਲਿਆ ਸੀ ਸਾਨੂੰ 6 ਬੰਦਿਆਂ ਨੂੰ ਪੁਲੀ ਦੇ ਚੜਾ ਗਿਆ ਸੀ ਨਹਿਰ ਕਿਤੇ ਅੱਛਾ ਫਿਰ ਅੱਗੇ ਕਾਫਲਾ ਪਿੰਡੋਂ ਟੁੱਟਿਆ ਭੱਜੇ ਆ ਕੇ ਲੋਕ ਨਾਰੇ ਮਾਰਦੇ ਅੱਛਾ ਤੇ ਉਹ ਫਿਰ ਆਖਣਗਾ ਪੁੱਤਰ ਹੁਣ ਟੀਟਕਾ ਹੋ ਲੈਣ ਦਿਓ ਫਿਰ ਆਵਾਂਗਾ ਤੁਹਾਡੇ ਕੋਲ ਅੱਛਾ ਤੇ ਰੱਬਣ ਵੀ ਮਿਲਾਂਗਾ ਅੱਛਾ ਬਸ ਉਹ ਮੁੜ ਗਿਆ ਪਿਛਾ ਅੱਛਾ ਬੰਦੇ ਵੀ ਕਹਿਣ ਲੱਗੇ ਤੇ ਕੀ ਕੀਤਾ ਮੁੰਡਿਆ ਤੁਸਾਂ ਹਾਂ ਮੈਂ ਕਿਹਾ ਬਸ ਉਹ ਇਸ ਕਰਕੇ ਹੁਣ ਪਿਸਤੌਲ ਉਸਕੇ ਪਾਸ ਦੋ ਜਾਂ ਸਾਲ ਪਿਸਤੌਲ ਸੀ ਹਾਂ ਮਾਜ ਇਹਨੇ ਕਾਫਲੇ ਨੂੰ ਨਹੀਂ ਭੁੱਲ ਦਿੰਦਾ ਜੀ ਜਿਹੜਾ ਕਿ ਛੇੜ ਹੋ ਜਾਂਦੀ ਅੱਛਾ ਜੀ ਯਾਨੀ ਅੱਧੇ ਪਿੰਡ ਦਾ ਮਾਲਕ ਉਹ ਸਿੱਖ ਸੀ ਜੈਲਦਾਰ ਹਾਂ ਤੇ ਅੱਧੇ ਪਿੰਡ ਦੇ ਮਾਲਕ ਜਿਹੜੇ ਰਾਈ ਸਨ ਹਾਂ ਜਿਹੜੇ ਤੁਸੀਂ ਆ ਗਏ ਇੱਥੇ ਸਹੀ ਹੈ ਤੇ ਉੱਥੋਂ ਫਿਰ ਕਿੰਨੇ ਵਜੇ ਨਿਕਲੇ ਤੁਸੀਂ ਹੈਂ ਉੱਥੋਂ ਕਿੰਨੇ ਵਜੇ ਨਿਕਲੇ ਤੋਂ ਸਾਲ ਬਾਅਦ ਸਾਰੀ ਦੁਨੀਆ ਤੋਂ ਸਾਰੀ ਦੁਨੀਆ ਜਦੋਂ ਆ ਗਈ ਉਸ ਤੋਂ ਸਾਲ ਬਾਅਦ ਨਿਕਲੇ ਹੋ ਹਾਂ ਸਮਾਨੇ ਨੂੰ ਉੱਠੇ ਨਹੀਂ ਸੀ ਦਿੰਦਾ ਉਹ ਅੱਛਾ ਸਿੱਖ ਆਉਂਦਾ ਇਹ ਤੁਸੀਂ ਇੱਥੇ ਰਹੋ ਹਾਂ ਹਾਂ ਨਹੀਂ ਜੀ ਉਹ ਆਉਂਦੇ ਨੇ ਅਜਾੜਾ ਜਦੋਂ ਪਏ ਨੇ ਉਦੋਂ ਹੀ ਆ ਗਏ ਸਾਂ ਕੌਣ ਅੱਬੇ ਹਰੀ ਆਉਂਦੇ ਨੇ ਅਜਾੜਾ ਉਹ ਸਾਲ ਭਰ ਤੇ ਬੈਠੇ ਰੋਂਦੇ ਰਹੇ ਉਸੇ 2 ਵਜੇ ਲੜਾਈ ਹੋਈ ਅੱਛਾ ਫਿਰ ਤੋਪ ਜਿਹੜੀ ਸੀ ਉਹਨਾਂ ਨੂੰ ਦੇਖ ਕੇ ਨਹੀਂ ਆਏ ਬਾਦਸ਼ਾਹ ਮੰਗਦਾ ਸੀ ਅੱਛਾ ਉਹਨਾਂ ਨੇ ਆਖਿਆ ਕੋਈ ਚੋਰੀ ਲੈ ਗਿਆ ਰਾਤ ਨੂੰ ਕੋਠੇ ਤੇ ਖੜੀ ਸੀ ਅੱਛਾ ਜੀ ਗਿਰੀ ਸੀ ਉਹ ਬਾਂ 'ਚ ਉਸ ਬਾਂ ਦਾ ਪਤਾ ਹੀ ਕੋਈ ਲੱਗਦਾ ਸੀ ਵੀ ਕਿੰਨਾ ਕੁ ਪਾਣੀ ਉਸ ਮਾਂ ਅੱਛਾ ਜੀ ਹਾਂ ਸਹੀ ਹੈ ਤਿੰਨ ਤਿਹਾੜ ਚੱਲਦੇ ਸਨ ਡੰਗਰ ਜੋਗਾਂ ਤਿੰਨ ਜੋਗਾਂ ਚੱਲਦੀਆਂ ਹਾਂ ਉਸ ਮਾਂ ਜਦੋਂ ਪਾਣੀ ਕੱਢਦੇ ਪਿਆ ਜਾਂ ਦਿੰਦੇ ਸਨ ਅੱਛਾ 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 ਖੂਹ ਸੀ ਯਾਨੀ ਹਾਂ ਅੱਛਾ ਬਾਂ ਗਿਆ ਤੇ ਉਹਨੂੰ ਬਹੁਤ ਚੌੜੀ ਸੀ ਪਾਣੀ ਦਾ ਵੀ ਪਤਾ ਨਹੀਂ ਸੀ ਲੱਗਦਾ ਬਈ ਕਿੱਥੇ ਤੱਕਰਾ ਡੂੰਗੀ ਹੈ ਤੁਹਾਡਾ ਜਿਹੜਾ ਇੰਡੀਆ 'ਚ ਘਰ ਬਾਰ ਸੀ ਉਹ ਤੁਹਾਨੂੰ ਵਿਖਾ ਦਈਏ ਕਿਸੇ ਇੱਥੋਂ ਹੀ ਬੈਠੇ ਬੈਠੇ ਇੱਥੇ ਬੈਠਿਆ ਨੇ ਤੈਨੂੰ ਵਿਖਾ ਦੇ ਉਹਨਾਂ ਨੂੰ ਸਿਆਣੇ ਹੈਗਾ ਹੁਣ ਨਹੀਂ ਹੋ ਸਕਦਾ ਇੱਕ ਮਿੰਟ ਬਾਬਾ ਉਹ ਮਸਜਿਦ ਉਹ ਯਾਦ ਤੂੰ ਕੀ ਆ ਤੂੰ ਪਿੰਡ ਵੇਖਣਾ ਹੁਣ ਬਾਬਾ ਨੇ ਤੈਨੂੰ ਮਸਜਿਦ ਵਿਖਾ ਦਈ ਜਿਹੜੀ ਜਿੰਨ ਮਸਜਿਦ ਸੀ ਜਿੰਨ ਮਸਜਿਦ ਗੂੰਜਣੀ ਮਸਜਿਦ ਗੂੰਜਣੀ ਮਸਜਿਦ ਵਿਖਾ ਦਈਏ ਗੂੰਜਣੀ ਮਸਜਿਦ ਗੂੰਜਣੀ ਮਸਜਿਦ ਵੇਖਣੀ ਆ ਹੋਰ ਕੋਈ ਕਿਹੜੀ ਮਸਜਿਦ ਸੀ ਹੋਰ ਹੈ ਸੀ ਮਸਜਿਦ ਤੁਹਾਡੇ ਉੱਥੇ ਨੇੜੇ ਵੱਡੀ ਉਹੀ ਆ ਉਹੀ ਆ ਸਾਰਿਆਂ ਤੋਂ ਵੱਡੀ ਮਸਜਿਦ ਗੂੰਜਣੀ ਸੀ ਗੂੰਜਣੀ ਮਸਜਿਦ ਲਓ ਜੀ ਅਗਰ ਬਣਾਈ ਸੀ ਅਗਰ ਸਮਾਣੇ ਸ਼ਹਿਰ ਮਹੱਲਾ ਕਿਹੜਾ ਸੀ ਮਲਕਾਣਾ ਮਹੱਲਾ ਮਲਕਾਣਾ ਦੇ ਵਿੱਚ ਅਗਰ ਕੋਈ ਮੇਰਾ ਯਾਰ ਦੋਸਤ ਮਿੱਤਰ ਵੇਖ ਰਿਹਾ ਤੇ ਸਰਦਾਰ ਉਹ ਜਨਾਬ ਬਾਬੇ ਨੂੰ ਨਾ ਜਿਹੜੀ ਮਸਜਿਦ ਹੈ ਨਾ ਗੂੰਜਣੀ ਮਸਜਿਦ ਜਿਨ੍ਹਾਂ ਨੇ ਬਣਾਈ ਸੀ ਉਹ ਵਿਖਾਣੀ ਜੀ ਬਾਬੇ ਨੂੰ ਮਿਹਰਬਾਨੀ ਦਾ ਸ਼ੁਕਰੀਆ ਤੇ ਤੁਸੀਂ ਜਨਾਬ ਇਸ ਚੈਨਲ ਤੇ ਰੋਜ਼ ਇਸ ਤਰ੍ਹਾਂ ਦੀ ਵੀਡੀਓ ਵੇਖਣ ਵਾਸਤੇ ਇਸ ਚੈਨਲ ਨੂੰ ਮੇਰਾ ਪਿੰਡ ਬੱਬਰ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਮਿਹਰਬਾਨੀ ਤੇ ਸ਼ੁਕਰੀਆ।